डियर स्टूडेंट्स वेलकम टू अमृत सीनियर सेकेंडरी स्कूल क्लास 7 गणित अध्याय 13 घातांक और घात या घात अंकति घात एक्सरसाइज 13.3 आज हम बेटा इसका सम नंबर करेंगे फर्स्ट संख्याओं को प्रसारित रूप में लिखो पंजाबी मीडियम वाले बच्चे देखो बेटा हेत लिख्यानु संख्यावां नु विस्तृत रूप विच लिखो मतलब की ਐਕਸਪੈਂਡ ਕਰੀ ਕੇ ਜਿਹਨੂੰ ਆਪਾਂ ਕਹਿੰਦੇ ਆ ਵਿਸਤ੍ਰਿਤ ਰੂਪ ਚ ਆਪਾਂ ਇਹ ਛੋਟੀਆਂ ਗਲਾਸਾਂ ਚ ਸਮ ਕੀਤੇ ਹੁੰਦੇ ਨੇ ਠੀਕ ਹੈ ਬੇਟਾ ਹਾਂਜੀ ਦੇਖੋ ਬੇਟਾ ਫਰਸਟ ਸਟੇਟਮੈਂਟ ਆਪਾਂ ਉਤਾਰ ਲਈ 279404 ਠੀਕ ਹੈ ਵਿਸਤ੍ਰਿਤ ਰੂਪ ਚ ਆਪਾਂ ਸਾਰੀ ਤਰ੍ਹਾਂ ਚ ਕਿੰਵਾਈ ਲਿਖਾਂਗੇ ਬੇਟਾ ਇਹਨੂੰ 2 ਲਿਖਾਂਗੇ 2 ਦੇ ਅੱਗੇ ਕਿੰਨੇ ਅੱਖਰ ਨੇ 1 2 3 4 5 ਤੇ ਉਹ 10 ਦੀ ਪਾਵਰ ਬਣ ਜਾਣੀ ਹੈ 10 ਦੀ ਪਾਵਰ 5 ਆਣੀ ਹੈ ਠੀਕ ਹੈ 7 ਅਗਲਾ ਨੰਬਰ ਕਿਹੜਾ ਜਮਾ ਭਾ ਕੀ 7 7 ਤੋਂ ਬਾਅਦ ਕਿੰਨੇ ਅੱਖਰ ਨੇ 1 2 3 4 ਤੇ 10 ਦੀ ਪਾਵਰ ਕਿੰਨੀ ਆਏਨੀ 4 ਅੱਗੇ ਹਮੇਸ਼ਾ 10 ਦੀ ਪਾਵਰ ਚ ਹੀ ਲਿਖਣਾ ਕਿਸੇ ਹੋਰ ਦੀ ਪਾਵਰ ਨਹੀਂ ਲਿਖਣਾ ਜਮਾ 9 ਤੇ 9 ਤੋਂ ਬਾਅਦ ਕਿੰਨੇ ਅੱਖਰ ਨੇ 1 2 3 10 ਦੀ ਪਾਵਰ ਕਿੰਨੀ ਆ ਜਾਏਗੀ 3 ਠੀਕ ਹੈ ਤੇ 4 4 ਦੇ ਅੱਗੇ ਕਿੰਨੇ ਅੱਖਰ ਨੇ ਜਿੰਨੇ ਉਹਦੇ ਅੱਗੇ ਅੱਖਰ ਹੋਣਗੇ ਬੇਟਾ ਉੰਨੇ ਹੀ ਉਹਦੀ ਪਾਵਰ ਬਣ ਜਾਣੀ 4 ਦੇ ਅੱਗੇ ਦੋ ਅੱਖਰ ਨੇ 0 ਤੇ 4 ਤੇ 2 10 ਦੀ ਪਾਵਰ 2 ਆ ਗਈ 0 ਦੇ ਅੱਗੇ ਕਿੰਨੇ ਅੱਖਰ ਨੇ 1 ਤੇ 10 ਦੀ ਪਾਵਰ 1 ਆ ਗਈ ਠੀਕ ਹੈ ਇੱਥੇ ਜਮਾ ਦਾ ਨਿਸ਼ਾਨ ਆਉਣਾ ਬੇਟਾ ਜਮਾ ਦਾ ਨਿਸ਼ਾਨ ਅੱਗੇ 4 ਦੇ ਅੱਗੇ ਕਿੰਨੇ ਅੱਖਰ ਨੇ ਕੋਈ ਵੀ ਨਹੀਂ ਕੋਈ ਵੀ ਨਹੀਂ ਨੱਖਰ ਲਾਸਟ ਹੀ ਤੇ 10 ਦੀ ਪਾਵਰ ਕਿੰਨੀ ਆ ਗਈ 0 ਠੀਕ ਹੈ ਬੇਟਾ ਇਦਾਂ ਹੀ ਸਾਡਾ ਨੈਕਸਟ ਸਮ ਵੀ ਦੇਖੋ 280 6196 ਹੁਣ ਵੇਖੋ 2 ਦੇ ਅੱਗੇ ਕਿੰਨੇ ਅੱਖਰ ਨੇ 1 2 3 4 5 6 ਕਿੰਨਿਆਂ ਦੀ 10 ਦੀ ਪਾਵਰ 6 ਅੱਗੇ 8 ਦੇ ਅੱਗੇ 5 ਅੱਖਰ ਫੇਰ 0 ਦੇ ਅੱਗੇ 4 6 ਦੇ ਅੱਗੇ ਕਿੰਨੇ ਹੋਣਗੇ 3 ਤੁਸੀਂ ਕਾਊਂਟ ਕਰਕੇ ਦੇਖ ਸਕਦੇ ਹੋ 1 ਦੇ ਅੱਗੇ ਕਿੰਨੇ ਆਣੇ ਨੇ 2 9 ਦੇ ਅੱਗੇ ਇੱਕ ਅੱਖਰ 6 ਲਾਸਟ ਵਾਲਾ ਹੈ ਕੀ ਆਏਗਾ 6 10 ਦੀ ਪਾਵਰ 0 ਠੀਕ ਹੈ ਇਹਨੂੰ ਹੋ ਗਿਆ ਐਕਸਪੈਂਡ ਕਰਕੇ ਲਿਖਾ ਹਾਂਜੀ ਦੇਖੋ ਬੇਟਾ ਮੈਂ ਤੁਹਾਨੂੰ ਇੱਕ ਫਰਸਟ ਸਮ 3rd ਸਮ ਕਰਵਾਤਾ ਹੈ ਜਿਹੜਾ ਹੁਣ ਸੈਕਿੰਡ 4th ਤੇ ਜਿਹੜਾ 5th ਸਮ ਹੈਗਾ ਇਹ ਤੁਸੀਂ ਖੁਦ ਟਰਾਈ ਕਰਨਾ ਹੈ ਹੁਣ ਨੈਕਸਟ ਦੇਖਾਂਗੇ ਆਪਾਂ ਸੈਕਿੰਡ ਪਾਰਟ ਹੀ ਲਿਖੀ ਹੈ ਵਿਸਤ੍ਰਿਤ ਰੂਪਾਂ ਵਿੱਚੋਂ ਹਰੇਕ ਦੇ ਲਈ ਸੰਖਿਆ ਪਤਾ ਕਰੋ ਆਪਾਂ ਇਹ ਜੀ ਸੰਖਿਆ ਪਤਾ ਕਰਨੀ ਕਿ ਕਿੰਨੀ ਸੰਖਿਆ ਹੋਏਗੀ ਇਹਦੀ ਠੀਕ ਹੈ ਨੈਕਸਟ ਬੇਟਾ ਕੀ ਹੈ ਪਰਸਾਰੀ ਧਰੂਮੇ ਪ੍ਰਤਿਕ ਦੀ ਸੰਖਿਆ ਗਿਆਤ ਕਰੋ ਠੀਕ ਹੈ ਬੇਟਾ ਹਾਂਜੀ ਬੇਟਾ ਫਸਮ ਸਾਨੂੰ ਦੋਨੇ ਦਿੱਤਾ ਹੈ 8 ਦੀ ਪਾਵਰ 8 10 ਦੀ ਪਾਵਰ 4 6 10 ਦੀ ਪਾਵਰ 3 0 10 ਦੀ ਪਾਵਰ 2 4 10 ਦੀ ਪਾਵਰ 1 5 10 ਦੀ ਪਾਵਰ 0 ਆਪਾਂ ਪਿੱਛੇੋਂ ਲਿਖਣਾ ਬੇਟਾ ਸ਼ੁਰੂ ਕਰਾਂਗੇ ਅਖੀਰ ਵਾਲੇ ਨੰਬਰ ਨਾਲ ਕੋਈ ਵੀ ਜ਼ੀਰੋ ਨੰਬਰ ਨਹੀਂ ਨਾ ਹੁੰਦਾ ਲਾਸਟ ਤੇ ਹੁੰਦਾ ਆਪਾਂ ਕੀ ਲਿਖਾਂਗੇ 5 ਉਸ ਤੋਂ ਬਾਅਦ ਇੱਧਰ ਕੀ ਆਇਆ 4 ਉਸ ਤੋਂ ਬਾਅਦ 0 ਉਸ ਤੋਂ ਬਾਅਦ ਕੀ ਗਿਆ 6 ਉਸ ਤੋਂ ਬਾਅਦ ਕੀ ਗਿਆ 8 ਇਹਦਾ ਨੰਬਰ ਕੀ ਬਣ ਜੇਗਾ 86045 ਠੀਕ ਹੈ ਨੈਕਸਟ ਸਾਨੂੰ ਦਿੱਤਾ ਆਇਆ ਦੇਖੋ ਸੈਕਿੰਡ ਸਮ ਕੀ ਦਿੱਤਾ ਹੈ ਸਾਨੂੰ 4 10 ਦੀ ਪਾਵਰ 5 5 10 ਦੀ ਪਾਵਰ 3 ਠੀਕ ਹੈ 3 10 ਦੀ ਪਾਵਰ 2 ਤੇ 2 10 ਦੀ ਪਾਵਰ 0 ਤੇ ਜਮਾਣਾ ਠੀਕ ਹੈ ਹੁਣ ਦੇਖੋ ਲਾਸਟ ਤੇ ਕੀ ਆ 2 ਆਪਾਂ ਪਿੱਛੋਂ ਸ਼ੁਰੂ ਕਰਾਂਗੇ 2 ਇੱਥੇ ਜ਼ੀਰੋ ਪਾਵਰ ਦੇਖੋ ਜ਼ੀਰੋ ਤੋਂ ਬਾਅਦ ਇੱਕ ਵਾਲੀ ਪਾਵਰ ਆਉਣੀ ਚਾਹੀਦੀ ਸੀ ਉਹ ਇਹਨਾਂ ਨੇ ਨਹੀਂ ਦਿੱਤੀ ਹੋਈ ਮਤਲਬ ਆਪਾਂ ਇੱਥੇ ਕੀ ਲਗਾ ਦਾਂਗੇ ਜ਼ੀਰੋ ਇੱਕ ਤੋਂ ਬਾਅਦ ਦੋ ਵਾਲੀ ਪਾਵਰ ਦੇ ਨਾਲ ਕੀ ਗਾ ਤਿੰਨ ਇੱਥੇ ਆ ਜਾਗਾ ਤਿੰਨ ਠੀਕ ਹੈ ਤਿੰਨ ਵਾਲੀ ਪਾਵਰ ਦੇ ਨਾਲ ਕੀ ਗਾ ਦੋ ਤੋਂ ਬਾਅਦ ਤਿੰਨ ਵਾਲੀ ਪਾਵਰ ਆਉਣੀ ਨਾ ਕੀ ਗਾ ਪੰਜ ਠੀਕ ਹੈ ਫਿਰ ਦੇਖੋ ਚਾਰ ਵਾਲੀ ਪਾਵਰ ਨਹੀਂ ਹੈਗੀ ਵਿੱਚ ਤੇ ਆਪਾਂ ਉੱਥੇ ਕੀ ਲਗਾ ਦਾਂਗੇ ਜ਼ੀਰੋ ਤੇ ਪੰਜ ਵਾਲੀ ਪਾਵਰ ਦੇ ਨਾਲ ਕੀ ਗਾ ਚਾਰ ਕੀ ਆਏਗਾ 405302 ਠੀਕ ਹੈ ਬੇਟਾ ਅੱਗੇ ਥਰਡ ਸਮ ਦੇਖੋ ਥਰਡ ਸਮ ਦੀ ਸਟੇਟਮੈਂਟ ਸੰ ਦਿੱਤੀ ਹੋਈ ਹੈ 3 10 ਦੀ ਪਾਵਰ 4 7 10 ਦੀ ਪਾਵਰ 2 5 10 ਦੀ ਪਾਵਰ 0 10 ਦੀ ਪਾਵਰ 0 ਤੋਂ ਸ਼ੁਰੂ ਕਰਾਂਗੇ ਮਤਲਬ ਕਿ ਲਾਸਟ ਕੀ ਆਏਗਾ 5 ਫਿਰ 10 ਦੀ ਪਾਵਰ 1 ਨਹੀਂ ਦਿੱਤਾ ਹੈ ਸਾਨੂੰ ਤੇ ਉਹਦੀ ਜਗ੍ਹਾ ਆਪਾਂ ਕੀ ਲਿਖ ਦਾਂਗੇ ਆਪਾਂ ਇੱਥੇ 0 10 ਦੀ ਪਾਵਰ 2 ਦਿੱਤਾ ਹੈ ਉਹਦੇ ਨਾਲ ਕੀ ਲਿਖਿਆ ਹੈ 7 ਠੀਕ ਹੈ ਫਿਰ ਤਿੰਨ ਨੇ ਨਹੀਂ ਦਿੱਤਾ ਹੈ 10 ਦੀ ਪਾਵਰ ਉਹਦੀ ਜਗ੍ਹਾ ਆਪਾਂ ਜ਼ੀਰੋ ਲਿਖ ਦਾਂਗੇ 10 ਦੀ ਪਾਵਰ 4 ਨਾਲ ਕੀ ਦਿੱਤਾ ਹੈ 3 ਠੀਕ ਹੈ ਬੇਟਾ ਅੱਗੇ ਆ ਗਿਆ 4th ਐਂਡ ਲਾਸਟ ਸਮ ਇਹਦਾ ਸੈਕਿੰਡ ਪਾਰਟ ਦਾ 9 10 ਦੀ ਪਾਵਰ 5 2 10 ਦੀ ਪਾਵਰ 2 3 10 ਦੀ ਪਾਵਰ 1 ਹਾਂਜੀ ਬੇਟਾ ਹੁਣ ਦੇਖੋ ਇਹਦੇ ਵਿੱਚ ਇਹਨਾਂ ਨੇ 10 ਦੀ ਪਾਵਰ ਜ਼ੀਰੋ ਹੀ ਨਹੀਂ ਦਿੱਤਾ ਆਇਆ ਤੇ ਆਪਾਂ ਫਿਰ ਪਿੱਛੇ ਸਟਾਰਟਿੰਗ ਕਿੱਦ ਤੋਂ ਕਰਾਂਗੇ ਜ਼ੀਰੋ ਤੋਂ ਕਿਉਂਕਿ ਜੜੀ ਪਾਵਰ ਜਿੰਨ ਸਾਡੇ ਨਹੀਂ ਰਹਤੀ ਹੁੰਦੀ ਉਹਦੀ ਆਪਾਂ ਜ਼ੀਰੋ ਲਿਖ ਲੀਦੀ ਆ ਹੁਣ ਉਸ ਤੋਂ ਬਾਅਦ 10 ਦੀ ਪਾਵਰ 1 ਨਾਲ ਕੀ ਦਿੱਤਾ ਆਇਆ 3 10 ਦੀ ਪਾਵਰ 2 ਦੇ ਨਾਲ ਕੀ ਦਿੱਤਾ ਆਇਆ 2 ਠੀਕ ਹੈ 10 ਦੀ ਪਾਵਰ 3 ਵੀ ਨਹੀਂ ਦਿੱਤਾ 4 ਵੀ ਨਹੀਂ ਦਿੱਤਾ ਦੋ ਜ਼ੀਰੋ ਆ ਜਾਣਗੀਆਂ ਵਿੱਚ ਠੀਕ ਹੈ ਅਗੇ ਸਿੱਧਾ 5 ਦਿੱਤਾ ਆਇਆ ਤੇ ਅਗੇ ਆਗਾ 9 ਠੀਕ ਹੈ ਇਹ ਤੁਹਾਡਾ ਬੇਟਾ ਹੋ ਗਿਆ ਆਨਸਰ ਨੈਕਸਟ ਦੇਖੋ ਬੇਟਾ ਨਿਮੀਲਿਖ ਸੰਖਿਆਵਾਂ ਕੋ ਮਾਨਕ ਰੂਪ ਮੇਂ ਵਿਅਕਤ ਕੀਜੀਏ ਹਾਂ ਜੰ ਪੰਜਾਬੀ ਮੀਡੀਆ ਵਾਲੇ ਬੱਚੇ ਦੇਖੋ ਬੇਟਾ ਹੇਠ ਲਿਖਿਆ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਲਿਖੋ 5 ਹੈ 5 ਤੋਂ ਬਾਅਦ ਬੇਟਾ ਦੇਖੋ ਧਿਆਨ ਨਾਲ ਉਹਨਾਂ ਨੇ ਕਿੰਨੀਆਂ ਜ਼ੀਰੋਆਂ ਪਾਈਆਂ ਹੋਈਆਂ ਸਾਡੇ ਕੋਲ 1 2 3 4 5 6 ਤੇ 7 ਇਹਨੂੰ ਆਪਾਂ ਫਿਰ ਲਿਖ ਸਕਦੇ ਹਾਂ 5 ਗੁਣਾ 10 ਦੀ ਪਾਵਰ 7 ਠੀਕ ਹੈ ਮਿਆਰੀ ਮਤਲਬ ਛੋਟੇ ਰੂਪ ਵਿੱਚ ਲਿਖਣਾ ਹੈ ਹੁਣ ਇੱਧਰ 7 ਤੋਂ ਬਾਅਦ ਕਿੰਨੀਆਂ ਜ਼ੀਰੋਆਂ 1 2 3 4 5 6 ਕੀ ਆ ਜਾਏਗਾ ਇਹਦਾ ਆਨਸਰ 7 10 ਦੀ ਪਾਵਰ 6 ਠੀਕ ਹੈ ਹਾਂਜੀ ਬੇਟਾ ਨੈਕਸਟ ਦੇਖੋ ਸਾਨੂੰ ਕੀ ਦਿੱਤਾ ਹੈ 318650000 ਠੀਕ ਹੈ ਹੁਣ ਇਹਦਾ ਆਪਾਂ ਮੈਰੀ ਰੂਪ ਕਿੱਦਾਂ ਲਿਖਾਂਗੇ ਪਹਿਲੇ ਆਪਾਂ ਲਿਖ ਲਾਂਗੇ 31865 ਅੱਗੇ ਕਿੰਨੀਆਂ ਜ਼ੀਰੋਆਂ 1 2 3 4 5 5 ਜ਼ੀਰੋਆਂ ਤੇ ਆਪਾਂ ਕੀ ਲਿਖਾਂਗੇ 10 ਦੀ ਪਾਵਰ 5 ਠੀਕ ਹੈ 5 ਜ਼ੀਰੋ ਆਪਾਂ 10 ਦੀ ਪਾਵਰ 5 ਲਿਖ ਲਈ ਬੇਟਾ ਦੇਖੋ ਜੇ ਆਪਾਂ ਸਿੱਧਾ ਹੁਣ ਹੁਣ ਜਿਹਦੀ ਅੱਗੇ ਮਤਲਬ ਕਿ ਜਿਵੇਂ ਹੁਣ ਬੇਟਾ ਦੇਖੋ ਇੱਧਰ ਸਮਝੋ ਜਿਵੇਂ ਹੁਣ 5 ਹੈ ਤੇ 5.0 ਇਹ ਦੋਵੇਂ ਸੇਮ ਹੁੰਦੇ ਨੇ ਜਿਹਦੀ ਅੱਗੇ ਕੋਈ ਨਾ ਉਹਦੇ ਅੱਗੇ ਪੁਆਇੰਟ ਹੁੰਦਾ ਠੀਕ ਹੈ 5 ਤੇ 5.0 ਦੋਵੇਂ ਸੇਮ ਹੈ ਠੀਕ ਹੈ ਹੁਣ ਇਹਦੀ ਮਤਲਬ ਕਿ ਇਹਦਾ ਪੁਆਇੰਟ ਕਿੱਥੇ ਹੈਗਾ ਇੱਥੇ 5 ਤੋਂ ਬਾਅਦ ਆਵਲੇ ਪੁਆਇੰਟ ਨੂੰ ਜੇ ਆਪਾਂ ਇੱਥੇ ਅੱਗੇ ਲੈ ਕੇ ਜਾਣਾ ਹੋਵੇ ਕਿ ਇਹਦੀ ਮਿਆਰੀ ਰੂਪ ਵਿੱਚ ਛੋਟਾ ਰੂਪ ਲਿਖਣ ਚਿਤਕੀ ਆਏਗਾ 3.18 ਮਤਲਬ ਕਿ ਪੁਆਇੰਟ ਕਿੰਨੇ ਡਿਜੀਟ ਅੱਗੇ ਆਇਆ 1 2 3 4 4 ਡਿਜੀਟ ਅੱਗੇ ਆਇਆ ਨਾਲ ਕੀ ਆ ਜਾਏਗਾ 10 ਦੀ ਪਾਵਰ 4 ਆ ਜਾਏਗਾ ਠੀਕ ਹੈ 4 ਡਿਜੀਟ ਪੁਆਇੰਟ ਅੱਗੇ ਆਇਆ ਨਾ 1 2 3 4 ਮਤਲਬ ਕਿ ਦੇਖੋ ਹੁਣ ਜਿਵੇਂ ਬੇਟਾ 5 ਲਿਖਦੀ ਜਾਂ 5.0 ਲਿਖਦੀ ਇਹ ਸੇਮ ਹੋਣਾ ਸੀ 5 ਦਾ ਮਤਲਬ ਵੀ ਕੀ ਹੈ ਕਿ 5 ਦੇ ਅੱਗੇ ਪੁਆਇੰਟ ਤੇ ਬਾਅਦ 0 ਆ ਤੇ ਆਪਾਂ ਨਹੀਂ ਲਿਖਿਆ ਇਹਦੀ ਅੱਗੇ ਵੀ ਉਹਨ ਮਤਲਬ ਪੁਆਇੰਟ ਤੋਂ ਬਾਅਦ ਜ਼ੀਰੋ ਹੋਏਗਾ ਤੇ ਆਹ ਵਾਲਾ ਪੁਆਇੰਟ ਜਿਹੜਾ ਆਪਾਂ ਇੱਥੇ ਲੈ ਕੇ ਆਉਣਾ ਹੈ ਦਾ ਮਿਆਰੀ ਰੂਪ ਕਰਨ ਲਈ ਤੇ 1 2 3 4 4 ਡਿਗਿਟ ਅੱਗੇ ਆ ਤੇ ਦੇ ਕੀ ਆਨ 10 ਦੀ ਪਾਵਰ 4 ਤੇ ਨਾਲ ਕੀ ਆਨ ਦੀਆਂ 10 ਦੀ ਪਾਵਰ ਇੱਥੇ 5 ਹੁਣ ਦੇਖੋ 3.18 10 ਦੀ ਪਾਵਰ 4 10 ਦੀ ਪਾਵਰ 5 ਦੇਖੋ ਬੇਟਾ ਆਧਾਰ ਦੋਵਾਂ ਦੇ ਸੇਮ ਹੈ ਠੀਕ ਹੈ ਜਦੋਂ ਆਧਾਰ ਸੇਮ ਹੋਣ ਤੇ ਘਾਤੰਕ ਕਿਉਂ ਨੇ ਜਮਾ ਆਣੇ ਆ ਫਾਰਮੂਲਾ ਕਰਵਾਇਆ ਹੋਇਆ ਹੈ ਨਾ ਤੁਹਾਨੂੰ ਮੈਂ ठीक है फॉर्मूला ए रेस टू पार एम गुना ई रेस टू पार एन इज टू ए रेस टू पार एम जमा एन एम वाला फॉर्मुला गया ठीक है कि आएगा थ्री पॉइंट वन एट मल्टीप्लाइट एंड एस टू पार नाइन किएगा नाइन सिक्स फाइव भी लिख लगे कंफ्यूजन ना हो गया ठीक है कि आ गया नाइन है थ्री पॉइंट वन एट सिक्स फाइव मल्टीप्लाइट नाइन ਅਨਸਰ ਨੈਕਸਟ ਦੇਖੋ ਬੇਟਾ ਨੈਕਸਟ ਕੀ ਹੈ 390878 ਇਹ ਵੀ ਉਦਾਂ ਹੀ 390 878 ਹੁਣ ਇਹਦਾ ਆਪਾਂ ਜਿਹੜਾ ਪੁਆਇੰਟ ਸ਼ਿਫਟ ਕਰਨਾ ਹੈ ਮਤਲਬ ਕੀ ਸਮਝ ਲਓ ਇਹਦਾ ਪੁਆਇੰਟ ਇੱਥੇ ਹੈ ਕਿ ਆਪਾਂ ਅੱਗੇ ਲੈ ਕੇ ਜਾਣਾ ਪੁਆਇੰਟ ਇੱਥੇ ਕੀ ਆਏਗਾ 3.90878 तो किन्ने डिजिट अगे गया पॉइंट एक दो तीन चार पाँच पाँच डिजिट अगे गया नाल की आएगा? एक दो तीन चार पाँच पांच, पांच डिजिट अगे गया तो की आएगा दस डिज टू पर टेन डिज टू पर फाइव ठीक है बेटा नेक्स्ट भी देखो फिफ्थ वाला बेटा साहब थ्री नाइन जीरो एट सैवन पॉइंट एट थ्री नाइन जीरो 87 87.8 ਹੁਣ ਇਹਦਾ ਪੁਆਇੰਟ ਆਪਾਂ ਇੱਥੇ ਲੈ ਕੇ ਜਾਣਾ ਕਿੰਨਾ ਆਏਗਾ 3.90878 878 ਪੁਆਇੰਟ ਇੱਥੇ ਸੀ ਤੇ ਕਿੰਨੀਆਂ ਗਿੱਡੀਆਂ ਜੜ ਅੱਗੇ ਗਿਆ 1 2 3 4 4 ਡਿਜੀਟ ਪੁਆਇੰਟ ਅੱਗੇ ਗਿਆ ਹੈ ਤੇ ਸਾਡੇ ਕੋਲ ਕੀ ਆਏਗਾ 10 ਵਿੱਚ ਤੋਂ ਬਾਅਦ 4 ਠੀਕ ਹੈ ਬੇਟਾ ਨੈਕਸਟ ਹੈਗਾ ਤੁਹਾਡੇ ਕੋਲ 6th ਵਾਲਾ ਸਮ 390.3908.78 ਹੁਣ 3908.78 ਹੈ ਤੇ ਆਪਾਂ ਪੁਆਇੰਟ ਕਿੱਥੇ ਲੱਗਿਆ ਹੋਣਾ ਦੂਜੇ ਨੰਬਰ 390878 ਇਹ ਪੁਆਇੰਟ ਇੱਥੋਂ ਇੱਥੇ ਆਇਆ 1 2 3 ਤਿੰਨ ਡਿਜੀਟ ਅੱਗੇ ਆਇਆ ਹੈ 10 ਦੇ ਸਕੇ ਭਾਰ ਕਿੰਨਾ ਆਏਗਾ 3 ਠੀਕ ਹੈ ਬਟਾ